ਤਰਨਤਾਰਨ ਦੀ ਦਾਣਾ ਮੰਡੀ ਵਿਖੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਨਾਲ ਮਿਲ ਕੇ ਇੱਕ ਰੈਲੀ ਕੀਤੀ ਗਈ। ਇਸ ਮੌਕੇ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਬੀਬੀਆਂ ਵੱਲੋਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਸਵਾਮੀਨਾਥ ਦੀ ਰਿਪੋਰਟ ਲਾਗੂ ਨਹੀਂ ਕਰ ਰਹੀ ਹੈ ਤੇ ਪੰਜਾਬ ਸਰਕਾਰ ਝੂਠੇ ਵਾਅਦੇ ਕਰਕੇ ਪੰਜਾਬ ਵਿੱਚ ਸਰਕਾਰ ਬਣਾ ਕੇ ਬੈਠ ਗਈ ਹੈ। ਉਹਨਾਂ ਕਿਸਾਨਾਂ ਮਜ਼ਦੂਰਾਂ ਦਾ ਜੋ ਅੱਜ ਕਿੱਤਾ ਤਬਾਹ ਹੋ ਗਿਆ, ਉਹਦੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੋਵੇਂ ਜ਼ਿੰਮੇਵਾਰ, ਕਿਉਂਕਿ ਉਹ 70 ਸਾਲ ਤੋਂ ਇਹ ਢਾਂਚਾ ਬਣਿਆ ਹਿੰਦੁਸਤਾਨ ਦੇ ਵਿੱਚ, ਉਹ ਹੈ ਕਿਸਾਨ ਮਜ਼ਦੂਰ ਵਿਰੋਧੀ ਆ, ਕਾਰਪੋਰੇਟ ਘਰਾਣਿਆਂ ਦੇ ਪੱਖੀ ਆ। ਡਾਕਟਰ ਸਵਾਮੀਨਾਥ ਕਮੇਟੀ ਦੀ ਰਿਪੋਰਟ ਅੱਜ 12 ਸਾਲ ਹੋ ਗਿਆ ਕੇਂਦਰ ਸਰਕਾਰ ਕੋਲ ਆਈ ਪਈ ਨੂੰ, 2006 ਦੀ ਆਈ ਪਈ ਆ। ਉਹ 8 ਸਾਲ ਮਨਮੋਹਨ ਸਿੰਘ ਦੀ ਸਰਕਾਰ ਨੇ UPA ਨੇ ਲਾਗੂ ਨਹੀਂ ਕੀਤੀ, 3.5 ਸਾਲ ਮੋਦੀ ਸਰਕਾਰ ਨੂੰ ਹੋ ਗਿਆ। ਇਹਨੇ ਮੈਨੀਫੈਸਟੋ 'ਚ ਲਿਖ ਕੇ 28 ਨੰਬਰ ਪਹਿਰੇ 'ਤੇ ਭਾਰਤੀ ਜਨਤਾ ਪਾਰਟੀ ਦੇ, ਉਹ ਮੋਦੀ ਸਰਕਾਰ ਨੇ ਲਾਗੂ ਨਹੀਂ ਕੀਤੀ। ਜਿਹੜਾ ਬਾਦਲ ਆ, ਅਕਾਲੀ ਦਲ ਬਾਦਲ, ਉਹ ਮੋਦੀ ਭਾਜਪਾ ਦੇ ਨਾਲ ਥੱਲੇ ਵੀ ਭਾਈਵਾਲ ਰਿਹਾ, ਹੁਣ ਵੀ ਉਹਦੀ ਭਾਈਵਾਲ ਕੇਂਦਰ ਸਰਕਾਰ ਚੱਲ ਰਹੀ ਆ। ਇਸੇ ਤਰ੍ਹਾਂ ਜੋ ਕੈਪਟਨ ਆ, ਹੁਣ ਦੁਬਾਰਾ ਇਹਨੇ ਸਦਾ ਲਈ ਆ, ਝੂਠ ਮਾਰ ਕੇ ਲਈ ਆ, ਲਿਖਤੀ ਵਾਅਦੇ ਕਰਕੇ ਲਈ ਆ, ਜਿਹੜੇ ਫਾਰਮ ਭਰਾ ਕੇ ਕਿਸਾਨਾਂ ਮਜ਼ਦੂਰਾਂ ਲਈ ਆ, ਵੀ ਹਰ ਤਰ੍ਹਾਂ ਦਾ ਕਰਜ਼ਾ ਮੈਂ ਖਤਮ ਕਰ ਦੂੰਗਾ, ਹਰ ਘਰ ਨੌਕਰੀ ਦੇ ਦੂੰਗਾ, 2500 ਰੁਪਇਆ ਬੇਰਜਰੀ ਪੱਤਾ ਦਊਂਗਾ, ਬੁਢਾਪਾ ਪੈਨਸ਼ਨ 2000 ਰੁਪਇਆ ਦਊਂਗਾ, ਹਰ ਮਜ਼ਦੂਰ ਨੂੰ ਪਲਾਟ ਦਊਂਗਾ, ਘਰ ਬਣਾਉਣ ਨੂੰ ਗ੍ਰਾਂਟ ਦਊਂਗਾ, ਹੋਰ ਬਹੁਤ ਸਾਰੇ ਵਾਅਦੇ ਕੀਤੇ ਆ। ਪਰ ਸਰਕਾਰ ਬਣਦਿਆਂ ਹੀ ਮੁੱਕਰ ਗਿਆ, ਕਰਜ਼ਾ ਖਤਮ, ਸਮੁੱਚਾ ਕਰਜ਼ਾ ਖਤਮ ਖਤਮ ਕਰਨ ਤੋਂ ਜਿਹੜੀ ਮਨਿੰਦਰ ਦੀ ਸਰਕਾਰ ਆ, ਬਿਲਕੁਲ ਅੱਜ ਭੱਜ ਚੁੱਕੀ ਆ। ਇਸ ਕਰਕੇ ਅਸੀਂ ਆ ਮੈਦਾਨ 'ਚ ਖੜ੍ਹੇ ਹੋਏ ਹਾਂ, ਆੜਾ ਬਹੁਤ ਵੱਡਾ ਕੱਟ ਜਿਹੜਾ ਹਜ਼ਾਰਾਂ ਦਾ ਪੂਰੇ ਪੰਜਾਬ ਦੇ ਵਿੱਚੋਂ ਅੱਜ ਕਿਸਾਨਾਂ ਮਜ਼ਦੂਰਾਂ ਦੇ ਨੌਜਵਾਨ ਅਤੇ ਬੀਬੀਆਂ ਆਪਣਾ ਰਸਦ ਪਾਣੀ ਲੈ ਕੇ ਟਰੈਕਟਰ ਟਰਾਲੀਆਂ ਦੇ ਆਪਣੇ ਸਾਧਨਾਂ ਦੇ ਸਵਾਰ ਹੋ ਕੇ ਇਸ ਰੈਲੀ ਦੇ ਵਿੱਚ ਪਹੁੰਚੇ ਆ। ਤਰਨ ਤਾਰਨ ਤੋਂ ਜਾਗਰਤੀ ਲਹਿਰ ਦੇ ਲਈ ਵਿਜੇ ਕੁਮਾਰ ਦੀ ਰਿਪੋਰਟ।